ਅਸੀਂ ਬਾਹਰੋਂ ਆ ਰਹੇ, ਸਾਨੂੰ ਵੀ ਕਹਿ ਰਹੇ ਆ ਖਾਲਸਾ ਨਹੀਂ ਆ ਰਹੇ ਜਾਂ ਇਹ ਆ ਰਹੇ ਜਾਂ ਜੋ ਵੀ ਹੋ ਸਕੇ। ਅਸੀਂ ਕਿਸਾਨਾਂ ਨਾਲ ਹਾਂ, ਕਿਸਾਨ ਸਾਡੇ ਭੈਣ ਭਰਾ ਵਾ, ਅਸੀਂ ਉਹਨਾਂ ਨਾਲ ਖੜ੍ਹੇ ਹਾਂ, ਜਿੰਨੀ ਜੁਕਰ ਹੈਗੀ ਅਸੀਂ ਕਰਾਂਗੇ। ਬਾਹਰ ਜਾ ਕੇ ਵੀ ਇਸ ਚੀਜ਼ ਨੂੰ ਫੇਸ ਕਰਨਾ ਪੈਂਦਾ? ਹਾਂਜੀ, ਜ਼ਰੂਰ ਕਰਨਾ ਪੈਂਦਾ, ਕਿਉਂਕਿ ਮੈਂ ਪਹਿਲਾਂ ਮੁੰਨਾ ਹੁੰਦਾ ਸੀ, ਹੁਣ ਦਾੜੀ ਕੇਸ ਰੱਖੇ ਆ। ਮੈਂ ਇੱਕ ਜਵਾਨ ਅਤੇ ਕਿਸਾਨ ਦੀ ਉਹ ਧੀ ਹਾਂ, ਵੀ ਅਸੀਂ ਸਾਰਿਆਂ ਇਹਦੇ ਨਾਲ ਸਹਿਮਤ ਹਾਂ ਵੀ ਸਰਕਾਰਾਂ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ। ਬਹੁਤ ਦੁੱਖ ਆਉਂਦਾ ਮਨ 'ਚ ਵੀ ਕਿਉਂ ਸਾਡੇ ਨਾਲ ਇੱਦਾਂ ਹੀ ਹੋਈ ਜਾ ਰਿਹਾ ਅਤੇ ਕਦੋਂ ਖਤਮ ਹੋਣਾ, ਮਤਲਬ ਇਹ ਗੱਲ ਆਉਂਦੀ ਹੁੰਦੀ ਆ ਦੇਖ ਕੇ ਦਿਮਾਗ ਦੇ ਵਿੱਚ ਵੀ ਕਿੰਨਾ ਕੁ ਚਿਰ ਸਾਨੂੰ ਇਹ ਸਹਿਣਾ ਪਊਗਾ ਸਾਡੀ ਸਿੱਖ ਕੌਮ ਨੂੰ। ਜਾਂ ਪੰਜਾਬ ਆਉਂਦੇ ਹੋ, ਖੇਤਾਂ ਜਾਂਦੇ ਹੋ, ਤਾਂ ਫਿਰ ਪੁਰਾਣੀਆਂ ਯਾਦਾਂ ਬਚਪਨ ਦੀਆਂ, ਚਾਹੇ ਉਹ ਪੱਠੇ ਵੱਢੇ ਹੋਣ, ਚਾਹੇ ਪਸ਼ੂਆਂ ਲਈ ਹੈ ਨਾ ਪਸ਼ੂਆਂ ਦੀ ਧਾਰ ਕੱਢੀ ਹੋਵੇ, ਚਾਹੇ ਪੱਠੇ ਕੁਤਰੇ ਹੋਣ, ਉਹ ਤਾਂ ਚੀਜ਼ਾਂ ਯਾਦ ਯਾਦ ਆਉਂਦੀਆਂ। ਹਾਂਜੀ, ਬਹੁਤ ਯਾਦ ਆਉਂਦੀਆਂ। ਵੇਖੋ ਜੀ, ਇਹ ਤਾਂ ਹਰ ਜਗ੍ਹਾ ਪ੍ਰੋਬਲਮ ਚੱਲ ਰਹੀ, ਸਾਡੀ ਜਰਮਨੀ ਦੇ ਵਿੱਚ ਵੀ ਪ੍ਰੋਬਲਮ ਪੈ ਰਹੀ ਆ, ਉੱਥੇ ਵੀ ਇਹ ਹੋ ਰਿਹਾ ਵਾ, ਉੱਥੇ ਵੀ ਕਿਸਾਨ ਕਰ ਰਹੇ ਆ। ਪ੍ਰੋ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਖਨੌਰੀ ਬਾਰਡਰ ਦੇ ਉੱਤੇ ਖੜ੍ਹੇ ਹੋਏ ਹਾਂ ਅਸੀਂ, ਕਿਸਾਨ ਲਗਾਤਾਰ ਆਪਣੀਆਂ ਮੰਗਾਂ ਮਨਵਾਉਣ ਲਈ ਇਸ ਬਾਰਡਰ ਦੇ ਉੱਤੇ ਡਟੇ ਹੋਏ ਨੇ, ਅਤੇ ਜਿਹੜੇ ਵੀ ਲੋਕ ਇੱਥੋਂ ਲੰਘ ਰਹੇ ਨੇ ਕਿਸਾਨਾਂ ਨੂੰ ਮਿਲ ਕੇ ਜਾ ਰਹੇ ਨੇ। ਪੰਜਾਬ ਦੇ ਵਿੱਚ ਬਹੁ ਗਿਣਤੀ ਵਿੱਚ ਲੋਕ ਜਿਹੜੇ ਆ ਉਹ ਬਾਹਰਲੇ ਦੇਸ਼ਾਂ ਵਿੱਚ ਪ੍ਰਵਾਸ ਹੋ ਚੁੱਕੇ ਨੇ, ਉਹਨਾਂ ਵਿੱਚ ਇੱਕ ਵੀਰ ਜਿਹੜੇ ਆ ਹਰਸ਼ਪਾਲ ਸਿੰਘ ਸਾਡੇ ਨਾਲ ਮੌਜੂਦ ਨੇ, ਜਿਹੜੇ ਜਰਮਨੀ ਤੋਂ ਆਏ ਨੇ, ਅਤੇ ਆਉਂਦੇ ਇਹਨਾਂ ਨੇ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਆ ਕੇ ਇੱਥੇ ਕਿਸਾਨਾਂ ਨੂੰ ਮਿਲੇ ਨੇ, ਗੱਲਬਾਤ ਕਰਦੇ ਇਹਨਾਂ ਨਾਲ। ਭਾਅ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪੰਜਾਬ ਦੇ ਵਿੱਚ, ਪਤਾ ਲੱਗਿਆ 10 ਸਾਲਾਂ ਬਾਅਦ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਲੱਗਿਆ 10 ਸਾਲਾਂ ਬਾਅਦ ਗੇੜਾ ਮਾਰਿਆ ਜੀ ਇੱਥੇ? ਹਾਂਜੀ ਹਾਂਜੀ ਹਾਂਜੀ, ਅਸੀਂ ਕਿਸਾਨਾਂ ਨਾਲ ਹਾਂ, ਕਿਸਾਨ ਸਾਡੇ ਭੈਣ ਭਰਾ ਵਾ, ਅਸੀਂ ਉਹਨਾਂ ਨਾਲ ਖੜ੍ਹੇ ਹਾਂ, ਜਿੰਨੀ ਜੁਕਰ ਹੈਗੀ ਅਸੀਂ ਕਰਾਂਗੇ, ਗਾਂ ਵੀ ਕਰਦੇ ਰਹਾਂਗੇ, ਜਿੰਨੀ ਜੁਕਰ ਸਾਨੂੰ ਹੈਲਪ ਹੈਗੀ ਆ ਅਸੀਂ ਕਰਾਂਗੇ। ਕਿਵੇਂ ਦੇਖਦੇ ਹੋ ਕਿਸਾਨਾਂ ਦੀਆਂ ਮੰਗਾਂ ਨੂੰ? ਪਿਛਲੇ ਦਿਨਾਂ ਜਿਹੜਾ ਪਿਛਲੇ ਸਾਲ ਵੀ ਅੰਦੋਲਨ ਹੋ ਕੇ ਹਟਿਆ ਦਿੱਲੀ ਦੀਆਂ ਬਰੂਹਾਂ ਉੱਤੇ, ਹੁਣ ਇੱਥੇ ਕਿਸਾਨਾਂ ਨੂੰ ਰੋਕ ਲਿਆ ਗਿਆ, ਤੁਸੀਂ ਨਾ ਇਸ ਅੰਦੋਲਨ ਨੂੰ, ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ, ਕਿ ਸਹੀ ਆ ਜਾਂ ਕਿਵੇਂ? ਵੇਖੋ ਜੀ, ਇਹ ਤਾਂ ਹਰ ਜਗ੍ਹਾ ਪ੍ਰੋਬਲਮ ਚੱਲ ਰਹੀ, ਸਾਡੀ ਜਰਮਨੀ ਦੇ ਵਿੱਚ ਵੀ ਪ੍ਰੋਬਲਮ ਪੈ ਰਹੀ ਆ, ਉੱਥੇ ਵੀ ਇਹ ਹੋ ਰਿਹਾ ਵਾ, ਉੱਥੇ ਵੀ ਕਿਸਾਨ ਕਰ ਰਹੇ ਆ, ਜਿੱਦਾਂ ਵੀ ਹੈਗਾ ਇਹ ਕਿਸਾਨਾਂ ਨੂੰ ਕਰਨਾ ਚਾਹੀਦਾ, ਕਿਸਾਨਾਂ ਨੂੰ ਆਪਦੀ ਮੰਗ ਮੰਨਣੀ ਚਾਹੀਦੀ ਆ। ਤੁਹਾਡੇ ਮਨ 'ਚ ਕਿਵੇਂ ਆਇਆ ਕਿ ਇੱਥੇ ਖਨੌਰੀ ਬਾਰਡਰ 'ਤੇ ਜਾ ਕੇ ਕਿਸਾਨਾਂ ਨੂੰ ਮਿਲਿਆ ਜਾਵੇ, ਕਿਉਂਕਿ ਦੇਖਿਆ ਜਾਵੇ ਪਿੱਛੇ ਗੱਡੀ ਇੱਦੇ ਕੱਪੜੇ ਤੁਹਾਡੇ ਪੈਕ ਆ, ਸੂਟਕੇਸ ਪੈਕ ਆ, ਅਤੇ ਇੱਦੇ ਤੁਸੀਂ ਸਿੱਧਾ ਬਾਰਡਰ 'ਤੇ ਆ ਗਏ? ਵੇਖੋ ਜੀ, ਅਸੀਂ ਨੰਗਲ ਲੱਗੇ ਸੀਗੇ, ਸਾਡੀ ਮਨ ਦੇ ਵਿੱਚ ਭਾਵਨਾ ਸੀਗੀ, ਅਸੀਂ ਇੱਥੇ ਖੜ੍ਹੇ ਹਾਂ, ਮਿਲ ਚੁਣ ਰਹੇ ਹਾਂ ਸਾਰਿਆਂ ਨੂੰ, ਜਿੰਨਾ ਵੀ ਸਾਨੂੰ ਚਾਹੁੰਦੇ ਅਸੀਂ ਇੱਕ ਦੂਜੇ ਨੂੰ, ਅਸੀਂ ਮਿਲੀਏ ਚੁਲੀਏ ਭੈਣ ਭਰਾਵਾਂ ਨੂੰ, ਸਾਰਿਆਂ ਨੂੰ, ਆਪਦੇ ਸਾਰੇ ਆਪਦੇ ਹੀ ਆ ਸਾਰੇ। ਤੁਸੀਂ ਇੱਥੇ ਅੰਦੋਲਨ ਦੇ ਵਿੱਚ ਕੀ ਦੇਖਿਆ, ਤੁਹਾਨੂੰ ਕੀ ਲੱਗਿਆ ਜੀ ਇੱਥੇ? ਵੇਖੋ ਜੀ, ਜਿਹੜੇ ਹਾਲਾਤ ਚੱਲ ਰਹੇ ਆ, ਬਹੁਤ ਹਾਲਾਤ ਖਰਾਬ ਚੱਲ ਰਹੇ ਆ, ਪਰ ਉਹਦੇ ਕਰਕੇ ਬਹੁਤ ਕੁਛ ਸਾਨੂੰ ਸੋਚਣਾ ਪੈਣਾ, ਕਰਨਾ ਪੈਣਾ, ਸੋਚਣਾ ਸਮਝਣਾ ਪੈਣਾ ਜੀ। ਜਿਸ ਤਰ੍ਹਾਂ ਇਹ ਵੀ ਕਿਹਾ ਜਾਂਦਾ ਕਿ ਇੱਥੇ ਤਾਂ ਸ਼ਰਾਰਤੀ ਅੰਸਰ ਇਕੱਠੇ ਹੋਏ, ਕੋਈ ਪਿਛਲੀ ਵਾਰ ਜਿਹੜਾ ਅੰਦੋਲਨ ਹੋਇਆ, ਤੁਸੀਂ ਫਿਰ ਟੀਵੀ 'ਚ ਤਾਂ ਸੁਣਿਆ ਹੋਣਾ ਕਿ ਇਹਨਾਂ ਨੂੰ ਅੰਦੋਲਨ ਜੀਵੀ ਕਿਹਾ ਗਿਆ ਸੀਗਾ, ਖਾਲਿਸਤਾਨੀ, ਵੱਖਵਾਦੀ, ਇੱਦਾਂ ਦੇ ਸ਼ਬਦ ਵੀ ਦਿੱਤੇ ਗਏ ਸੀਗੇ। ਉਹ ਤਾਂ ਸਾਨੂੰ ਵੀ ਕਹਿ ਰਹੇ ਆ ਜੀ, ਹੁਣ ਅਸੀਂ ਬਾਹਰੋਂ ਆ ਰਹੇ, ਸਾਨੂੰ ਵੀ ਕਹਿ ਰਹੇ ਆ ਇਹ ਖਾਲਿਸਤਾਨੀ ਆ ਰਹੇ ਆ ਜਾਂ ਇਹ ਆ ਰਹੇ ਆ ਜਾਂ ਜੋ ਵੀ ਹੋ ਰਿਹਾ ਕਹਿ ਰਹੇ ਆ ਸਾਰਾ ਕੁਛ। ਹਾਂਜੀ, ਬਾਹਰ ਜਾ ਕੇ ਵੀ ਇਸ ਚੀਜ਼ ਨੂੰ ਫੇਸ ਕਰਨਾ ਪੈਂਦਾ? ਹਾਂਜੀ, ਜ਼ਰੂਰ ਕਰਨਾ ਪੈਂਦਾ, ਕਿਉਂਕਿ ਮੈਂ ਪਹਿਲਾਂ ਮੁੰਨਾ ਹੁੰਦਾ ਸੀ, ਹੁਣ ਦਾੜੀ ਕੇਸ ਰੱਖੇ ਆ, ਸਾਨੂੰ ਵੀ ਪ੍ਰੋਬਲਮ ਆ ਰਹੀਆਂ ਵਾ। ਕੇਸ ਕਿਉਂ ਰੱਖੇ ਆ? ਹਾਂ, ਉਹ ਪੁੱਛ ਰਹੇ ਆ, ਉਹ ਕਹਿੰਦੇ ਖਾਲਿਸਤਾਨੀ ਆ। ਕੌਣ ਤੁਹਾਨੂੰ, ਕਿਹਨਾਂ ਨੇ ਪੁੱਛਿਆ ਸੀ? ਏਅਰਪੋਰਟ ਤੋਂ। ਅੱਛਾ, ਜਦੋਂ ਏਅਰਪੋਰਟ ਤੋਂ ਤੁਸੀਂ ਇੱਥੇ, ਇੰਡੀਆ ਦੀ ਏਜੰਸੀ ਨੇ ਪੁੱਛਿਆ ਜਾਂ ਫਿਰ? ਇੰਡੀਆ ਏਜੰਸੀ ਨੇ। ਹਾਂਜੀ, ਕੀ ਉਹਨਾਂ ਨੇ ਤੁਹਾਨੂੰ ਪੁੱਛਿਆ ਸੀ? ਦਾੜੀ ਰੱਖੀ ਵੀ ਆ, ਪਹਿਲਾਂ ਮੋਨੀ ਦਾੜੀ ਸੀਗੀ, ਹੁਣ ਦਾੜੀ ਰੱਖੀ ਵੀ ਆ, ਪੁੱਛ ਰਹੇ ਆ ਵੀ ਠੀਕ ਆ ਜੀ, ਪੱਗ ਨਹੀਂ ਬੰਨ ਸਕਦੇ, ਕਈ ਵਾਰੀ ਮਜ਼ਬੂਰੀਆਂ ਆਉਂਦੀਆਂ ਵਾ ਕੰਮ ਕਰ।
ਅਸੀਂ ਇੰਡੀਆ ਦਾ ਹਿੱਸਾ ਆ ਪੰਜਾਬ, ਫਿਰ ਵੀ ਉਂਗਲੀਆਂ ਉੱਠਦੀਆਂ ਕਿਤੇ ਨਾ ਕਿਤੇ, ਜਿੱਦਾਂ ਮਤਰੇਈ ਮਾਂ ਵਾਲਾ ਸਲੂਕ ਜਾਂ ਕਿਤੇ ਨਾ ਕਿਤੇ ਦਿਲ ਵਿੱਚ ਫਿਰ ਗੁੱਸਾ ਤਾਂ ਆਉਂਦਾ ਉਸ ਚੀਜ਼। ਉਹ ਤਾਂ ਆਉਂਦੇ ਆਉਂਦਾ ਜੀ, ਹੁਣ ਕੀ ਕਰੀਏ। ਹਾਂਜੀ, ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ ਮਾਤਾ ਜੀ। ਤੁਸੀਂ ਇਹਨਾਂ ਦੇ ਨਾਲ ਹੋ ਜੀ? ਹਾਂਜੀ, ਇਹ ਮੇਰੇ ਜਵਾਈ ਹੈ ਜੀ। ਹਾਂਜੀ, ਇਹ ਬੇਟੀ ਹੈ ਜੀ। ਤੁਸੀਂ ਫਿਰ ਇਹਨਾਂ ਨੂੰ ਬਾਰਡਰ 'ਤੇ ਲੈ ਕੇ ਆਏ ਹੋ ਦਿਖਾਉਣ? ਮੈਨੂੰ 2 ਸਾਲ ਦੀ ਭਾਵਨਾ ਸੀ ਵੀ ਮੈਂ ਇੱਥੇ ਜਾਣਾ, ਵੀ ਮੈਨੂੰ ਲੈ ਕੇ ਨਹੀਂ ਕੋਈ ਆਉਂਦਾ ਸੀ, ਅਤੇ ਫਿਰ ਪਰਮਾਤਮਾ ਨੇ ਮੇਰੀ ਸੁਣੀ, ਮੇਰੇ 10 ਸਾਲ ਬਾਅਦ ਬੱਚੀ ਆਈ, ਅਤੇ ਮੈਂ ਹੁਣ ਇਹਨਾਂ ਨੂੰ ਕਿਹਾ ਵੀ ਅਸੀਂ ਜਾਂਦੇ ਪੈਸੇ ਫੜਾਉਂਦੇ ਸੀ, ਕਹਿੰਦੇ ਪੈਸੇ ਨਹੀਂ ਲੈਣੇ, ਹੁਣ ਮੈਂ ਕਿਹਾ ਇਹਨਾਂ ਨੂੰ ਇੱਥੇ ਜਾਂਦੇ ਹੋਏ ਸਮਾਨ ਲੈ ਕੇ ਦੇ ਕੇ ਜਾਣਾ ਇੱਥੇ। ਅੱਛਾ, ਪਿਛਲੇ ਅੰਦੋਲਨ 'ਚ ਤੁਸੀਂ ਨਹੀਂ ਜਾ ਸਕੇ ਦਿੱਲੀ? ਨਹੀਂ ਸਕੇ, ਮਨ 'ਚ ਭਾਵਨਾ ਸੀਗੀ, ਬੁੜੀਆਂ ਨਹੀਂ ਆਈਆਂ, ਜਿੰਦਾਨੀਆਂ ਨਹੀਂ ਆਈਆਂ ਜੀ। ਹੁਣ ਤੁਸੀਂ ਫਿਰ ਤੁਸੀਂ ਕਿਵੇਂ ਦੇਖਦੇ ਹੋ ਇਸ ਅੰਦੋਲਨ ਨੂੰ, ਜਾਂ ਤੁਹਾਨੂੰ ਇੱਥੇ ਕੀ ਦੇਖਣ ਨੂੰ ਮਿਲਿਆ ਜੀ? ਬਹੁਤ ਚੰਗਾ, ਖੁਸ਼ੀ ਮਿਲੀ ਆ ਵੀ ਸਾਰੇ ਇਕੱਠੇ ਆ। ਮੈਂ ਇੱਕ ਜਵਾਨ ਅਤੇ ਕਿਸਾਨ ਦੀ ਉਹ ਧੀ ਹਾਂ ਵੀ ਅਸੀਂ ਸਾਰਿਆਂ ਇਹਦੇ ਨਾਲ ਸਹਿਮਤ ਹਾਂ ਵੀ ਸਰਕਾਰਾਂ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨੇ, ਇੰਨਾ ਬੁਰੇ ਹਾਲਾਤਾਂ 'ਚ ਬਿਠਾਉਣਾ ਨਹੀਂ ਚਾਹੀਦਾ ਇਹਨਾਂ ਨੂੰ। ਅੱਛਾ ਭਾਅ ਜੀ, ਬਿਸ਼ੱਕ ਬੰਦਾ ਇੱਥੋਂ ਜਾ ਕੇ ਬਾਹਰ ਜਾ ਕੇ ਸਾਡੇ ਪੰਜਾਬੀ ਬਹੁਤ ਗਿਣਤੀ ਵਿੱਚ ਉੱਥੇ ਸੈਟਲ ਹੋ ਗਏ ਨੇ, ਪਰ ਖੇਤੀ ਜੇ ਗੱਲ ਕਰ ਲਈਏ ਤਾਂ ਖੇਤੀ ਨਾਲ ਕਿਹੋ ਜਿਹੀਆਂ ਯਾਦਾਂ ਜਿਹੜੀਆਂ ਉਹ ਪੰਜਾਬੀਆਂ ਦੀਆਂ ਜੁੜੀਆਂ ਹੁੰਦੀਆਂ? ਖੇਤੀ ਨਾਲ ਤਾਂ ਬਹੁਤ ਵਧੀਆ ਯਾਦਾਂ ਜੀ, ਜਦੋਂ ਉੱਥੇ ਵੀ ਕਿਸਾਨ ਜੁਣੀਆਂ ਉੱਥੇ ਵੀ ਚੱਲਦੇ ਆ, ਜਰਮਨ ਦੇ ਵਿੱਚ ਸਾਡੇ ਪ੍ਰੋਜੈਕਟ ਹੋ ਕੇ ਹਟੇ, ਪਿਛਲੇ 8 ਜਰਮਨੀ ਹੋ ਕੇ ਹਟੇ ਵਾ, ਸਾਰੇ ਜਿਹੜੇ ਜੱਟਾਂ ਦੀ ਮੰਗ ਉਹ ਤਾਂ ਮੰਗ ਮੰਨਣੀ ਪੈਣੀ ਇਹਨਾਂ ਨੂੰ, ਕੀ ਕਰਨਗੇ, ਧੱਕਾ ਕਿੰਨਾ ਕਰ ਲੈਣਗੇ ਆਪਣੇ ਨਾਲ। ਹਾਂਜੀ ਬਿਲਕੁਲ ਜੀ, ਕਿਸਾਨ ਤਾਂ ਸਾਰੇ ਦੇਸ਼ ਦਾ ਢਿੱਡ ਭਰਦਾ ਆ, ਅੰਨਦਾਤਾ ਕਿਹਾ ਜਾਂਦਾ ਜੀ ਉਹਨੂੰ। ਹਾਂਜੀ ਹਾਂਜੀ, ਕਿਸਾਨ ਖੇਤੀ ਕਰਨਾ ਛੱਡ ਦੇਣ, ਲੋਕ ਖਾਣਾ ਕਿੱਥੋਂ ਖਾਊਗੇ? ਉਹ ਤਾਂ ਠੀਕ ਹੈ ਜੀ, ਤੁਹਾਡੀ ਗੱਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਜੀ। ਬਹੁਤ ਤੁਸੀਂ ਵੈਸੇ ਮਤਲਬ ਕਹਿ ਸਕਦੇ ਹੋ ਕਿ ਭਾਅ ਜੀ ਉਹਨਾਂ ਨੂੰ ਨਾਲ ਇੱਥੇ ਲਿਆ ਕੇ ਦਿਖਾਉਣਾ ਚਾਹਿਆ, ਕਿਵੇਂ ਦਿਮਾਗ 'ਚ ਆਏ? ਦਿਮਾਗ 'ਚ ਤਾਂ ਉਦੋਂ ਵੀ ਸੀਗਾ, 2 ਸਾਲ ਪਹਿਲਾਂ ਵੀ ਦੇਖੀ ਜਾਈਦਾ, ਅੱਜ ਕੱਲ੍ਹ ਇੰਟਰਨੈਟ 'ਤੇ ਸਭ ਕੁਝ ਦੇਖੀ ਦੇ ਹੀ ਆ, ਮਨ 'ਚ ਦੁੱਖ ਵੀ ਆਉਂਦਾ। ਬਾਕੀ ਮੈਂ ਤਾਂ ਇਹੀ, ਮੈਂ ਤਾਂ ਉੱਥੇ ਵੀ ਇਹੀ ਕਹਿ ਰਹੀ ਹੁੰਦੀ ਕਿ ਜੇ ਸਾਡੇ ਦੇਸ਼ ਦੇ ਕਾਨੂੰਨ ਸਹੀ ਹੋਣ ਅਤੇ ਅਸੀਂ ਇੱਥੋਂ ਇੰਨਾ ਪੜ੍ਹ ਲਿਖ ਕੇ ਅਸੀਂ ਪ੍ਰਦੇਸ਼ਾਂ 'ਚ ਜਾ ਕੇ ਇੰਨੀਆਂ ਮਿਹਨਤਾਂ ਕਰਦੇ ਹਾਂ, ਮਤਲਬ ਕਿਉਂ ਕਰੀਏ? ਮੈਂ ਤਾਂ ਜਿੱਦਾਂ ਹੁਣ ਅਸੀਂ ਗੋਰਿਆਂ 'ਚ ਕੰਮ ਕਰਦੇ ਹਾਂ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰੀ ਦੀਆਂ, ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਸਾਨੂੰ ਪਿਆਰ ਤਾਂ ਆਉਂਦਾ, ਪਰ ਅਸੀਂ ਕੀ ਕਰੀਏ, ਉੱਥੋਂ ਦੇ ਕਾਨੂੰਨ ਨਹੀਂ ਸਹੀ ਹੈਗੇ, ਇਸ ਕਰਕੇ ਸਾਨੂੰ ਮਜ਼ਬੂਰੀਆਂ ਕਰਕੇ ਪ੍ਰਦੇਸ਼ਾਂ ਵਿੱਚ ਆਉਣਾ, ਨਹੀਂ ਤਾਂ ਸਾਡੇ ਧੀਆਂ ਪੁੱਤ ਅਸੀਂ ਇੱਥੇ ਰਹਿ ਕੇ ਕੰਮ ਕਰੀਏ, ਅਸੀਂ ਸਾਡਾ ਵੀ ਅਸੀਂ ਵੀ ਚਾਹੁੰਦੇ ਵੀ ਸਾਡੇ ਬੱਚੇ ਇੱਥੇ ਵੱਡੇ ਹੁੰਦੇ, ਪਰ ਮਜ਼ਬੂਰੀਆਂ ਹੁਣ ਸਰਕਾਰਾਂ ਨੂੰ ਇਹ ਗੱਲਾਂ ਸਮਝਣੀਆਂ ਚਾਹੀਦੀਆਂ। ਜਦੋਂ ਤੁਸੀਂ ਉੱਥੇ ਬਾਹਰ ਬਹਿ ਕੇ ਦੇਖਦੇ ਹੋ ਕਿਸਾਨੀ ਅੰਦੋਲਨ ਚੱਲਦਾ, ਜਾਂ ਇੱਥੇ ਤੇ ਕਿਸਾਨ ਸੰਘਰਸ਼ ਕਰਦੇ ਆ, ਜਾਂ ਕੋਈ ਵੀ ਸੰਘਰਸ਼ ਹੁੰਦਾ, ਤਾਂ ਮਾਇੰਡ 'ਚ ਕੀ ਚੱਲ ਰਿਹਾ ਹੁੰਦਾ ਜੀ? ਬਹੁਤ ਦੁੱਖ ਆਉਂਦਾ ਮਨ 'ਚ ਵੀ ਕਿਉਂ ਸਾਡੇ ਨਾਲ ਇੱਦਾਂ ਹੀ ਹੋਈ ਜਾ ਰਿਹਾ ਅਤੇ ਕਦੋਂ ਖਤਮ ਹੋਣਾ, ਮਤਲਬ ਇਹ ਗੱਲ ਆਉਂਦੀ ਹੁੰਦੀ ਹੈ ਦੇਖ ਕੇ ਦਿਮਾਗ ਦੇ ਵਿੱਚ ਵੀ ਕਿੰਨਾ ਕੁ ਚਿਰ ਸਾਨੂੰ ਇਹ ਸਹਿਣਾ ਪਊਗਾ ਸਾਡੀ ਸਿੱਖ ਕੌਮ ਨੂੰ। ਜਾਂ ਅੰਦੋਲਨ ਤਾਂ ਕਾਫੀ ਸਾਰੇ ਹੁੰਦੇ, ਇਸ ਕਿਸਾਨੀ ਅੰਦੋਲਨ 'ਚ ਤੁਹਾਨੂੰ ਵੱਖਰਾ ਕੀ ਦੇਖਣ ਨੂੰ ਮਿਲਿਆ? ਵੱਖਰਾ ਇਹਦੇ ਵਿੱਚ ਸਾਰਿਆਂ ਦੇ, ਇੱਕ ਤਾਂ ਅੰਦੋਲਨ ਹੁੰਦੇ ਆ ਸਾਰੇ ਭੈਣ ਭਰਾਵਾਂ ਦਾ ਸਾਂਝਾ, ਇਹਦੇ ਵਿੱਚ ਕੋਈ ਗਰੀਬ ਅਮੀਰ ਜਾਂ ਮਜ਼ਦੂਰ ਸਾਰੇ ਰਲ ਕੇ ਆਪਾਂ ਆਪਣੇ ਹੱਕਾਂ ਲਈ, ਆਪਣੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਾਂ ਸਾਰੇ ਰਲ ਕੇ ਅੰਦੋਲਨ ਕਰ ਰਹੇ ਹਾਂ ਤਾਂ ਕਿ ਸਾਡੇ ਦੇਸ਼ ਅੱਗੋਂ ਕਾਮਯਾਬ ਵਧੇ, ਤਾਂ ਕਿ ਜਿਹੜੀਆਂ ਗੌਰਮੈਂਟ ਨੇ ਇਹਨਾਂ ਨੂੰ ਵੀ ਥੋੜ੍ਹਾ ਦਿਮਾਗ 'ਚ ਸੋਚਣਾ ਚਾਹੀਦਾ ਕਿ ਜੇ ਜਨਤਾ ਹੀ ਨਹੀਂ ਹੋਊਗੀ ਤਾਂ ਗੌਰਮੈਂਟ ਰਾਜ ਕੀਤੇ ਤਾਂ ਕਰਨਗੇ। ਅਤੇ ਆਖਰੀ ਸਵਾਲ ਹੈ ਕਿ ਖੇਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ, ਜਾਂ ਖੇਤਾਂ ਨਾਲ ਜੁੜਨਾ ਕਿੰਨਾ ਕੁ ਜ਼ਰੂਰੀ ਤੁਹਾਨੂੰ ਕੀ ਲੱਗਦਾ, ਕਿਉਂਕਿ ਬਚਪਨ 'ਚ ਤਾਂ ਤੁਸੀਂ ਜ਼ਰੂਰ ਪਰਿਵਾਰ ਦੇ ਨਾਲ ਖੇ ਅਸੀਂ ਇੱਥੇ ਜੀ ਇੰਨਾ ਕੁ ਤੁਹਾਨੂੰ ਕਹਿ ਸਕਦੇ ਵੀ ਸਾਡੇ ਤਾਂ ਉੱਥੇ ਜਿਹੜੇ ਛੋਟੇ ਛੋਟੇ ਅਸੀਂ ਜਿਹੜੇ ਜਿੰਨੇ ਵੀ ਅਸੀਂ ਜੀ ਜਾਂ ਹੋਰ ਵੀ ਜਿਹੜੇ ਰਹਿੰਦੇ ਆ ਆਪਣੇ ਭਰਾ ਸਾਰੇ ਵਿਚਾਰੇ ਆਪਦੇ ਚਾਹ ਉਹ ਨਿੱਕੇ ਨਿੱਕੇ ਗਾਰਡਨਾਂ ਵਿੱਚ ਜਿਹੜੇ ਛੋਟੇ ਛੋਟੇ ਪਿੱਛੇ ਘਰਾਂ ਦੇ ਹੁੰਦੇ ਨੇ ਉੱਥੇ ਹੀ ਲਾ ਲਾ ਕੇ ਸਬਜ਼ੀਆਂ ਚਾਹ ਪੂਰੇ ਕਰਦੇ ਆ ਪਸ਼ੂਆਂ ਲਈ ਹਨਾ, ਪਸ਼ੂਆਂ ਦੀ ਧਾਰ ਕੱਢੀ ਹੋਵੇ, ਚਾਹੇ ਪੱਠੇ ਕੁਤਰੇ ਹੋਣ, ਉਹ ਤਾਂ ਚੀਜ਼ਾਂ ਯਾਦ ਯਾਦ ਆਉਂਦੀਆਂ। ਹਾਂਜੀ, ਬਹੁਤ ਯਾਦ ਆਉਂਦੀਆਂ। ਜੇ ਪਿਆਰ ਹੁੰਦਾ ਤਾਂ ਹੀ ਬੰਦਾ ਇੱਥੇ ਆਉਂਦਾ।
ਦਿੱਤਾ, ਨਹੀਂ ਤਾਂ ਆਵੇ ਕਿਉਂ। ਜੇ ਗੱਲ ਕਰ ਲਈਏ ਮਾਂ ਬਾਪ ਦੇ ਪਿਆਰ ਵਿਚਾਲੇ, ਖੇਤੀ ਦਾ ਬਹੁਤ ਵੱਡਾ ਯੋਗਦਾਨ ਆ, ਹੈ ਨਾ, ਮਾਂ ਬਾਪ ਨਾਲ ਲੈ ਕੇ ਜਾਂਦਾ ਆ ਸਭ ਕੁਛ ਨਾ ਖੇਤਾਂ ਦੇ ਵਿੱਚ, ਅਤੇ ਅੱਜ ਜਦੋਂ ਉਸ ਪਿਆਰ ਦੇ ਉੱਤੇ ਸੰਕਟ ਦਿਖ ਰਿਹਾ ਤਾਂ ਜ਼ਰੂਰ ਦੁੱਖ ਤਾਂ ਫਿਰ ਬਹੁਤ ਬਹੁਤ ਦੁੱਖ ਤਾਂ ਬਹੁਤ ਜ਼ਿਆਦਾ ਹੈ। ਉੱਥੇ ਵੀ ਧਿਆਨ ਅਤੇ ਪਹਿਲਾਂ ਵੀ ਜਦੋਂ ਅੰਦੋਲਨ ਚੱਲਦਾ ਸੀ ਦਿਮਾਗ 'ਚ ਗੱਲਾਂ ਤਾਂ ਇਹੀ ਰਹਿੰਦੀਆਂ, ਇੱਥੋਂ ਧਿਆਨ ਅਸੀਂ ਚਾਹੇ ਜਿੱਥੇ ਮਰਜ਼ੀ ਚਲੇ ਜਾਈਏ, ਕਹਿੰਦੇ ਹੁੰਦੇ ਨੇ ਆਪਣੀ ਮਿੱਟੀ ਨਾਲ ਤਾਂ ਆਪਾਂ ਜੁੜੇ ਹੁੰਦੇ ਹਾਂ, ਧਿਆਨ ਤਾਂ ਬੰਦੇ ਦਾ ਦਿਮਾਗ ਦੇ ਦਿਲ ਤਾਂ ਉੱਥੇ ਹੀ ਰਹਿੰਦਾ, ਬਸ ਇੱਕ ਮਜ਼ਬੂਰੀਆਂ ਨੇ ਇਹੀ ਕਹਿ ਸਕਦੀ ਹਾਂ ਮੈਂ ਤਾਂ ਹੁਣ, ਬਸ ਵੀ ਮਜ਼ਬੂਰੀਆਂ ਸਾਨੂੰ ਜਿਹੜੀਆਂ ਆਪਾਂ ਜਦ ਵੈਸੇ ਵੀ ਆਪਣੇ ਜਦੋਂ ਅੱਗੇ ਭੈਣ ਜਾਂਦੇ ਹੁੰਦੇ ਸੀ ਭਰਾ ਭੈਣ, ਚਲੋ ਜਾਂ ਪਹਿਲਾਂ ਜ਼ਿਆਦਾਤਰ ਬੰਦੇ ਜਾਂਦੇ ਸੀ ਬਾਹਰ ਕੰਮ ਕਰਨ ਦੇ, ਬੰਦਾ ਇਹੀ ਸੋਚਦਾ ਹੁੰਦਾ ਸੀ ਕਿ ਚੱਲ 2 ਸਾਲ ਲਾਵਾਂਗੇ, 4 ਸਾਲ ਲਾਵਾਂਗੇ, ਚੱਲ ਪੈਸੇ ਕਮਾਵਾਂਗੇ, ਘਰ ਵਾਪਸ ਆਵਾਂਗੇ, ਪਰ ਉਹ ਇੱਥੋਂ ਦੇ ਹਾਲਾਤ ਇੰਨੇ ਗਾਂਗਾ ਵਿਗੜਦੇ ਜਾਂਦੇ ਕਿ ਬੰਦਾ ਹੁਣ ਸੋਚਦਾ ਕਿ ਅਸੀਂ ਵਾਪਸ ਆਵਾਂਗੇ ਕਿੱਥੇ, ਇੱਥੇ ਜਾਂ ਕਿੱਦਾਂ ਆਵਾਂਗੇ, ਮਤਲਬ ਇਹੀ ਸੋਚਦਾ ਨਾ ਕਿ ਵਾਪਸ ਆਉਣ ਦਾ ਕੋਈ ਸੋਚ ਹੀ ਨਹੀਂ ਸਕਦਾ। ਹਾਂਜੀ, ਸਾਡੇ ਨਾਲ ਪਰਿਵਾਰ ਮੌਜੂਦ ਸੀ ਜਰਮਨੀ ਤੋਂ ਆਇਆ ਸਿੱਧਾ, ਅਤੇ ਇੱਥੇ ਖਨੌਰੀ ਬਾਰਡਰ ਉੱਤੇ ਇਹਨਾਂ ਨੇ ਹਾਜ਼ਰੀ ਲਗਵਾਈ, ਕਿਸਾਨਾਂ ਨੂੰ ਮਿਲੇ ਨੇ, ਜਿਨ੍ਹਾਂ ਕਿਸਾਨਾਂ ਉੱਤੇ ਐਲੀਗੇਸ਼ਨ ਹਾਲਾਂਕਿ ਲੱਗਦੇ ਨੇ ਕਿ ਇਹ ਤਾਂ ਵੱਖਵਾਦੀ ਨੇ ਜਾਂ ਖਾਲਿਸਤਾਨੀ ਦੀ ਮੋਹਰ ਲੱਗਦੀ ਹੈ ਜਾਂ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ, ਅਜਿਹਾ ਕਿਤੇ ਨਾ ਕਿਤੇ ਕਈ ਮੀਡੀਆ ਦੇ ਵਿੱਚ ਇਹ ਗੱਲ ਚੱਲਦੀ ਹੈ। ਸੋ ਇਹੀ ਜਿਹੜੇ ਵੀਰ ਇੱਥੇ ਪਹੁੰਚੇ ਨੇ, ਕਿਸਾਨਾਂ ਨੂੰ ਮਿਲ ਰਹੇ ਨੇ, ਕਿਸਾਨ ਬੜੇ ਸ਼ਾਂਤੀਪੂਰਵਕ ਇੱਥੇ ਬੈਠੇ ਹੋਏ ਨੇ, ਕਿਤੇ ਲੰਗਰ ਚੱਲ ਰਿਹਾ ਆ, ਕਿਤੇ ਵਿਚਾਰਾਂ ਹੋ ਰਹੀਆਂ ਨੇ, ਕਿਤੇ ਸਟੇਜ ਲੱਗੀ ਆ। ਸੋ ਅਜਿਹਾ ਮਾਹੌਲ ਜਿਹੜਾ ਖਨੌਰੀ ਬਾਰਡਰ ਦਾ ਤੁਹਾਨੂੰ ਦੇਖਣ ਨੂੰ ਮਿਲਣਾ। ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘੜੀ, ਪ੍ਰੋ ਪੰਜਾਬ ਟੀਵੀ, ਖਨੌਰੀ ਬਾਰਡਰ।